ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਖਾਸ ਸ਼ੋਅ ਦੇ ਵਿੱਚ। ਐਤਵਾਰ ਵਾਲੇ ਦਿਨ ਔਰ ਪਿਰਾਮਿਡੀ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਪਵਨੂਰ ਸਿੰਘ ਬੇਦੀ ਸਾਡੇ ਨਾਲ ਹਾਜ਼ਰ ਨੇ। 9563 9563 ਨੰਬਰ 'ਤੇ ਕਾਲ ਕਰ ਸਕਦੇ ਜੇਕਰ ਤੁਸੀਂ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨਾ ਚਾਹੁੰਦੇ ਹੋ। ਸੋ ਅੱਜ ਜੇ ਕੈਨੇਡਾ ਦੀ ਗੱਲ ਕਰ ਲਈਏ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਬਦਲਾਵ ਜਿਹੜੇ ਆਉਂਦੇ ਨਜ਼ਰ ਆ ਰਹੇ ਨੇ। ਪਿੱਛੇ ਜੇ ਜਦੋਂ ਐਸ ਟੀ ਐਸ ਲਾਂਚ ਹੋਇਆ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਬੜੀ ਆਸਾਨੀ ਦੇ ਨਾਲ ਪੰਜਾਬ ਤੋਂ ਬੱਚੇ ਆ ਜਾਣਗੇ ਐਸ ਟੀ ਐਸ ਕੈਟੇਗਰੀ ਦੇ ਅਧੀਨ ਔਰ ਵੀਜ਼ਾਜ਼ ਬਹੁਤ ਵੱਧੇਗੀ। ਸੋ ਕਰੀਬ ਕੁਛ ਮਹੀਨੇ ਨਿਕਲੇ ਸੀ ਤਾਂ ਜੀ ਆਈ ਸੀ ਨੂੰ ਵਧਾਰ ਦੇਣ ਦੀ ਗੱਲ ਜਿਹੜੀ ਸਾਹਮਣੇ ਆਈ, ਉਹਨਾਂ ਤਮਾਮ ਗੱਲਾਂ ਚਰਚਾ ਕਰਾਂਗੇ ਪਿਰਾਮਿਡੀ ਸਰਵਿਸਿਜ਼ ਤੋਂ। ਸਵਾਗਤ ਕਰ ਲੈਂਦੇ, ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਦਿੱਲੀ ਔਰ ਆਓ ਪਹਿਲੀ ਕਾਲ ਲਈਏ। ਸਤਿ ਸ਼੍ਰੀ ਅਕਾਲ ਸਾਰੇ ਕੈਨੇਡਾ ਜੀ, ਸਭ ਲੋਕ ਬਹੁਤ ਇੰਤਜ਼ਾਰ ਕਰਦੇ ਨੇ ਤੁਹਾਡੇ ਨਾਲ ਗੱਲਬਾਤ ਕਰਨ ਲਈ। ਸਵਾਗਤ ਹੈ ਜੀ, ਕੌਣ ਬੋਲ ਰਹੇ? ਹੈਲੋ, ਸਵਾਗਤ ਹੈ ਜੀ, ਨਾਮ ਦੱਸੋ ਆਪਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਕਰਨ ਗੱਲ ਕਰ ਰਿਹਾ ਤਰਨ ਤਾਰਨ ਤੋਂ। ਜਸਕਰਨ ਜੀ, ਸਵਾਲ ਕਰੋ। ਸਤਿ ਸ਼੍ਰੀ ਅਕਾਲ ਸਰ, ਨਾਲ ਗੱਲ ਹੋ ਸਕਦੀ ਹੈ ਬਗਨੂਰ ਸਰ ਨਾਲ? ਜੀ ਜੀ ਜੀ, ਜਸਕਰਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਐਕਚੁਅਲੀ ਸਰ, ਮੈਂ ਨਾ ਇੱਥੋਂ ਅੰਮ੍ਰਿਤਸਰ ਤੋਂ ਅਪਲਾਈ ਕੀਤਾ ਸੀ ਆਪਣਾ ਜਿਹੜੇ ਆ, ਪਹਿਲਾਂ ਮਈ ਇਨਟੇਕ ਦਾ ਕੀਤਾ ਸੀ, ਫਿਰ ਉਹਨਾਂ ਨੇ ਕਹਿਤਾ ਮੈਂ ਸਤੰਬਰ ਇਨਟੇਕ ਦਾ, ਬਟ 3 ਤੋਂ 3.5 ਮਹੀਨੇ ਹੋ ਗਏ, ਮੇਰਾ ਆਫਰ ਲੈਟਰ ਨਹੀਂ ਆ ਰਿਹਾ ਸ਼ੈਰੀਟਨ ਕਾਲਜ ਦਾ। ਓਕੇ, ਸੋ ਮੇਰੀ ਲਾਸਟ ਜਿਹੜੀ 2018 ਦੀ ਹੈ, ਠੀਕ ਹੈ, 6th ਬੈਂਡ ਹੈ ਮੇਰੀ, 8th ਵੀ 6th ਹੈ। ਸੋ ਮੈਂ ਕਨਫਰਮ ਕਰਨਾ ਸਤੰਬਰ ਇਨਟੇਕ ਦੀ ਮੈਨੂੰ ਕਿਹੜੀ ਕਿਹੜੀ ਆਪਸ਼ਨ ਮਿਲ ਸਕਦੀ ਹੈ, ਟੋਰਾਂਟੋ ਵਿੱਚ ਮਿਲ ਸਕਦੀ ਹੈ ਸਰ? ਬਿਲਕੁਲ ਮਿਲ ਸਕਦੀ ਹੈ। ਸਪਟੈਂਬਰ ਸੈਸ਼ਨ ਦੇ ਲਈ ਤੁਸੀਂ ਜਿਹੜਾ ਵੀ ਕਾਲਜ, ਜਿਹੜਾ ਵੀ ਪ੍ਰੋਗਰਾਮ ਹੈਲਥ ਦੇ ਛੱਡ ਕੇ, ਹੈਲਥ ਵਿੱਚ ਆਪਸ਼ਨ ਹੈ ਇਸ ਵੇਲੇ ਰਿਸਟ੍ਰਿਕਟਡ ਲਿਮਿਟਡ ਹੈ, ਪਰ ਸਪਟੈਂਬਰ ਲਈ ਤੁਸੀਂ ਜਿਹੜਾ ਵੀ ਆਪਸ਼ਨ ਚਾਹੁੰਦੇ ਹੋ, ਜਿਹੜਾ ਵੀ ਕਾਲਜ ਚਾਹੁੰਦੇ ਹੋ, ਡੈਫੀਨੇਟਲੀ ਅਵੇਲੇਬਿਲਿਟੀ ਇਸ ਵੇਲੇ ਹੈ। ਆਉਣ ਵਾਲੇ 1 ਮਹੀਨੇ ਤੱਕ ਸਿਚੁਏਸ਼ਨ ਕੀ ਰਹੇਗੀ ਮੈਂ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਦਿੰਦਾ, ਪਰ ਜਿਨ੍ਹਾਂ ਬੱਚਿਆਂ ਨੇ ਆਇਲਸ ਦੇ ਸਕੋਰ ਹਾਸਿਲ ਕਰ ਲਏ ਹੈ ਐਸ ਡੀ ਐਸ ਵਿੱਚ ਅਪਲਾਈ ਕਰਨ ਦੇ ਲਈ, ਆਇਲਸ ਵਿੱਚ 6 ਬੈਂਡ ਅਕਰੋਸ ਈਚ ਮੋਡਿਊਲ ਚਾਹੀਦੇ ਹੈ, 6 ਬੈਂਡ ਰੀਡਿੰਗ ਵਿੱਚ ਚਾਹੀਦੇ ਹੈ, 6 ਰਾਈਟਿੰਗ, 6 ਲਿਸਨਿੰਗ, 6 ਸਪੀਕਿੰਗ, ਓਵਰਆਲ 6 ਹੋ ਜਾਣ, 6.5 ਹੋ ਜਾਣ, 7 ਹੋ ਜਾਣ, ਇਹ ਤੁਹਾਡੀ ਹਿੰਮਤ ਹੈ, ਪਰ 6 ਅਕਰੋਸ ਈਚ ਬੈਂਡਸ। ਅਗਰ 12ਵੀਂ ਕੀਤੀ ਹੈ, ਅਗਰ ਗ੍ਰੈਜੂਏਸ਼ਨ ਕੀਤੀ ਹੈ, ਤਾਂ 6.5-6 ਈਚ ਚਾਹੀਦੇ ਹੈ ਐਸ ਡੀ ਐਸ ਦੇ ਤਹਿਤ ਅਪਲਾਈ ਕਰਨ ਦੇ ਲਈ। ਸੋ ਇਟ ਇਜ਼ ਇੰਪੋਰਟੈਂਟ ਕਿ ਇਸ ਟਾਈਮ 'ਤੇ ਸਪਟੈਂਬਰ ਸੈਸ਼ਨ ਦੇ ਲਈ ਅਪਲਾਈ ਕੀਤਾ ਜਾਵੇ, ਤਾਂ ਕਿ ਟਾਈਮ ਸਿਰ ਆਫਰ ਲੈਟਰ ਆਵੇ, ਟਾਈਮ ਸਿਰ ਫਾਈਲ ਲੱਗੇ, ਉਹਦੇ ਨਾਲ ਵੀਜ਼ਾ ਲੱਗਣ ਦੇ ਚਾਂਸਿਸ ਵੀ ਕਾਫੀ ਵੱਧ ਜਾਂਦੇ ਹੈ। ਮੈਂ ਹੈਰਾਨ ਹਾਂ ਕਿ ਚੰਗੀ ਪ੍ਰੋਫਾਈਲ ਹੋਣ ਦੇ ਬਾਵਜੂਦ ਵੀ 2 ਤੋਂ 3 ਮਹੀਨੇ ਹੋ ਗਏ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ। ਅੱਜ ਕੱਲ੍ਹ ਹੁਣ ਇੰਨਾ ਟਾਈਮ ਨਹੀਂ ਲੱਗ ਰਿਹਾ, ਕਿਉਂਕਿ ਐਸ ਡੀ ਐਸ ਜਦੋਂ ਦੇ ਰੂਲ ਚੇਂਜ ਹੋਏ ਹੈ, ਯੂਨੋ 6 ਈਚ ਦੀ ਜਿਹੜੀ ਤਾਦਾਦ ਹੈ, ਜਿਹੜਾ ਵੋਲਿਊਮ ਹੈ, ਜਿਹੜੀ ਪਰਸੈਂਟੇਜ ਆਫ ਸਟੂਡੈਂਟਸ ਹੈ, ਉਹ ਫਾਲ ਹੋਣ ਕਰਕੇ ਕਾਲਜਾਂ ਕੋਲ ਸੀਟਾਂ ਅਵੇਲੇਬਲ ਹੈ। ਮੈਂ ਨਹੀਂ ਕਹਿੰਦਾ ਕਿ ਬਹੁਤ ਜ਼ਿਆਦਾ ਸੀਟਾਂ ਅਵੇਲੇਬਲ ਹੈ ਅਤੇ ਕੋਈ ਵੀ ਅਪਲਾਈ ਕਰ ਪਾਏਗਾ, ਪਰ ਦੈਨ ਸੀਟਾਂ ਅਵੇਲੇਬਲ ਹੈ। ਇਸ ਕਰਕੇ ਬੱਚੇ ਯੂਨੋ, ਕਿਉਂਕਿ ਅੱਜ ਕੱਲ੍ਹ 1-2 ਚੀਜ਼ਾਂ ਸਾਹਮਣੇ ਆ ਰਹੀਆਂ ਕਿ ਜੀ ਆਈ ਸੀ ਵਧਣ ਲੱਗਾ, ਵਰਕ ਪਰਮਿਟ ਵਿੱਚ ਚੇਂਜ ਹੋ ਰਹੀ ਹੈ, ਬੈਂਡ ਸਕੋਰ ਹੋਰ ਵੱਧ ਜਾਣਗੇ, ਇਸ ਡਰ ਕਰਕੇ ਲੋਕ 1 ਅਪ੍ਰੈਲ ਦੀ ਵੇਟ ਕਰ ਰਹੇ ਹੈ। 1 ਅਪ੍ਰੈਲ ਦੀ ਵੇਟ ਨਹੀਂ ਕਰਨੀ ਚਾਹੀਦੀ, ਬਾਅਦ 'ਚੋਂ ਪਤਾ ਲੱਗੇ ਅਪ੍ਰੈਲ ਫੂਲ ਬਣ ਗਏ ਅਤੇ ਹੋਇਆ ਕੁਛ ਨਹੀਂ, ਔਰ ਅਲਟੀਮੇਟਲੀ ਜਿਹੜੇ ਕਾਲਜ ਵਿੱਚ ਜਾਣਾ ਚਾਹੁੰਦੇ ਸੀ ਉਹਦੀ ਸੀਟ ਵੀ ਗਵਾ ਬੈਠੇ। ਇਸ ਕਰਕੇ ਇਸ ਵੇਲੇ ਅਪਲਾਈ ਕਰਨਾ ਚਾਹੀਦਾ। ਅੱਜ ਦੀ ਘੜੀ, ਅੱਜ ਦੇ ਟਾਈਮ 'ਤੇ ਜਿਹੜਾ ਕਾਲਜ ਮਿਲਦਾ ਪਿਆ, ਜਿਹੜਾ ਪ੍ਰੋਗਰਾਮ ਮਿਲਦਾ ਪਿਆ, ਉਹ ਅਪਲਾਈ ਕਰਕੇ ਆਪਣੀ ਸੀਟ ਸਿਕਿਓਰ ਕਰਨੀ ਚਾਹੀਦੀ ਹੈ। 5-7 ਹਜ਼ਾਰ ਰੁਪਈਏ ਦੀ ਇਨਵੈਸਟਮੈਂਟ ਹੈ ਐਪਲੀਕੇਸ਼ਨ ਫੀਸ ਦੀ। ਯੂਨੋ, ਯੂ ਸ਼ੁੱਡ ਐਕਸਪੈਰੀਮੈਂਟ, ਤੁਹਾਨੂੰ ਐਕਸਪੈਰੀਮੈਂਟ ਕਰਨਾ ਚਾਹੀਦਾ, 1 ਕਾਲਜ ਵਿੱਚ, 2 ਕਾਲਜ ਵਿੱਚ, 3 ਕਾਲਜ ਵਿੱਚ, ਕਿਉਂਕਿ ਜੇ ਆਪਾਂ ਕਹੀਏ ਕਿ ਜਿਹੜੇ ਕਾਲਜ 'ਚ ਪਾਤੀ ਉੱਥੋਂ ਹੀ ਔਫਰ ਆ ਜਾਊਗੀ, ਅਤੇ ਅੱਜ ਦੀ ਡੇਟ ਵਿੱਚ ਸੀਟਾਂ ਦੀ ਨੋਨ ਅਵੇਲੇਬਿਲਿਟੀ ਕਰਕੇ ਇਹ ਮੁਸ਼ਕਿਲ ਆ ਰਹੀ ਹੈ। ਪਰ 2-3 ਜਗ੍ਹਾ 'ਤੇ ਆਪਸ਼ਨਸ ਪਾਉਂਗੇ ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਆਪਸ਼ਨ ਆਫਰ ਆ ਜਾਊਗੀ, ਔਰ ਉੱਥੇ ਅਪਲਾਈ ਕਰਕੇ ਕੈਨੇਡਾ ਜਾਣ ਦਾ ਆਪਾਂ ਆਪਣਾ ਸੁਪਨਾ ਪੂਰਾ ਕਰ ਪਾਵਾਂਗੇ। ਯੂਸ਼ੂ ਬਿਸ਼ਪ, ਜਿਹੜੇ ਇਹ ਕਹਿ ਰਹੇ ਕਿ ਕਾਫੀ ਟਾਈਮ ਤੋਂ 2-3 ਮਹੀਨੇ ਤੋਂ ਉਹਨਾਂ ਦੇ ਆਫਰ ਲੈਟਰ ਨਹੀਂ ਆ ਰਹੀ, ਸੋ ਕੀ ਕਾਰਨ ਹੋ ਸਕਦਾ ਇੰਨਾ ਡਿਲੇ ਹੁੰਦਾ? ਮੈਂ ਉਹੀ ਗੱਲ 'ਤੇ, ਅੱਜ ਕੱਲ੍ਹ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ, ਯੂਨੋ, ਇੰਨਾ ਟਾਈਮ ਹੁਣ ਨਹੀਂ ਲੱਗ ਰਿਹਾ, ਪਹਿਲੇ ਲੱਗ ਰਿਹਾ ਸੀ, ਅੱਜ ਤੋਂ 3 ਮਹੀਨੇ ਪਹਿਲੇ ਝਾਤ ਮਾਰ ਲਈ ਜਨਵਰੀ ਸੈਸ਼ਨ ਵਾਸਤੇ ਬਹੁਤ ਟਾਈਮ ਲੱਗ ਰਿਹਾ ਸੀ, ਪਰ ਅੱਜ ਦੀ ਡੇਟ ਵਿੱਚ ਇੰਨਾ ਸਮਾਂ ਨਹੀਂ ਲੱਗ ਰਿਹਾ। 3 ਮਹੀਨੇ ਜੇ ਨਹੀਂ ਆਫਰ ਆ ਰਹੀ ਤਾਂ ਯੂ ਨੀਡ ਟੂ ਟਾਕ ਟੂ ਯੋਰ ਏਜੰਟ, ਟੈਲ ਦੈਮ ਕੀ ਪ੍ਰੋਬਲਮ ਹੈ, ਕਿਹੜੇ ਕਾਲਜ 'ਚ ਅਪਲਾਈ ਕੀਤਾ, ਪਿਰਾਮਿਡੀ ਸਰਵਿਸਿਜ਼ ਕੋਲ ਤੁਸੀਂ ਆਪਣੀ ਐਪਲੀਕੇਸ਼ਨ ਲੈ ਕੇ ਆਓ, ਆਪਾਂ ਉਸੇ ਕਾਲਜ ਵਿੱਚ ਤੁਹਾਡੀ ਆਫਰ ਲੈਟਰ 2 ਹਫ਼ਤੇ 'ਚ ਮੰਗਾ ਕੇ ਦਿਖਾ ਦਾਂਗੇ। ਜੀ, ਸਵਾਗਤ ਕਰਦੇ ਹਾਂ ਜੀ, ਕੌਣ ਬੋਲ ਰਹੇ ਹੋ? ਸਟੂਡੈਂਟ ਵੀਜ਼ਾ ਹੋ ਸਕਦਾ ਹੈ, ਵੈਸੇ ਜਿਹੜਾ ਗੈਪ ਹੈ 4 ਸਾਲ ਦਾ ਗੈਪ ਬਹੁਤ ਜ਼ਿਆਦਾ ਹੋ ਚੁੱਕਾ ਹੈ, ਪਰ ਸਿੰਸ ਤੁਸੀਂ ਪੀ ਜੀ ਆਈ ਦੇ ਵਿੱਚ ਸਟਾਫ ਨਰਸ ਐਜ਼ ਅ ਸਟਾਫ ਨਰਸ ਕੰਮ ਕਰ ਰਹੇ ਹੋ, ਐਕਸਪੀਰੀਅੰਸ ਤੁਹਾਡਾ ਬਹੁਤ ਰਿਚ ਹੈ,
ਤੇ ਡੈਫੀਨਿਟਲੀ ਨਰਸਿੰਗ ਐਂਡ ਲੀਡਰਸ਼ਿਪ ਪੀਡੀਆਟ੍ਰਿਕਸ ਵਰਗੇ ਪ੍ਰੋਗਰਾਮ ਵਿੱਚ ਜੈਰਨਟੋਲੋਜੀ ਵਿੱਚ ਤੁਹਾਡਾ ਡੈਫੀਨਿਟਲੀ ਹੋ ਸਕਦਾ ਹੈ। ਮਾਸਟਰਸ ਵਿੱਚ ਪੋਸੀਬਿਲਿਟੀ ਨਹੀਂ ਹੈ ਕਿਉਂਕਿ ਮਾਸਟਰਸ ਲਈ ਬੈਚਲਰਸ ਇਨ ਸਾਇੰਸ ਇਨ ਨਰਸਿੰਗ ਚਾਹੀਦੀ ਹੈ, ਐਕਸਪੀਰੀਅੰਸ ਪੱਖੋਂ ਤੁਹਾਡੇ ਪੂਰੇ ਨੰਬਰ ਹੈ, ਪਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਆਪਾਂ ਡੈਫੀਨਿਟਲੀ ਅਪਲਾਈ ਕਰ ਸਕਦੇ ਹਾਂ। ਸਾਲ ਦਾ, ਦੋ ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਅਪਲਾਈ ਕਰਕੇ ਤੁਸੀਂ ਸਟੱਡੀ ਵੀਜ਼ੇ 'ਤੇ ਜਾ ਸਕਦੇ ਹੋ, ਯੂ ਨੋ, ਔਰ ਉੱਥੇ ਜਾ ਕੇ ਫਰਦਰ ਯੂ ਨੋ ਤੁਸੀਂ ਟੈਸਟ ਦੇ ਕੇ ਯੂ ਕੈਨ ਬਿਕਮ ਯੂ ਨੋ। ਇਹ ਇੱਕ ਵੱਖਰਾ ਸੈਪਰੇਟ ਪ੍ਰੋਸੈਸ ਹੈ, ਇਹਦਾ ਸਟੱਡੀ ਵੀਜ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਟ ਤੁਸੀਂ ਐਲੀਜੀਬਲ ਬਣ ਜਾਂਦੇ ਹੋ ਯੂ ਨੋ ਰਜਿਸਟਰਡ ਨਰਸ ਦਾ ਇਗਜ਼ਾਮ ਦੇ ਕੇ, ਇੱਕ ਰਜਿਸਟਰਡ ਨਰਸ ਪ੍ਰੈਕਟਿਸ ਕਰਨ ਲਈ ਤੁਸੀਂ ਐਲੀਜੀਬਲ ਬਣ ਜਾਂਦੇ ਹੋ। ਸੋ ਬਹੁਤ ਅੱਛੀ ਓਪਰਚੁਨਿਟੀਜ਼ ਹੈ ਨਰਸਿੰਗ ਦੇ ਬੱਚਿਆਂ ਲਈ, ਖਾਸ ਕਰ ਤੁਹਾਡੇ ਵਰਗੇ ਬੱਚੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ, ਜਿਨ੍ਹਾਂ ਕੋਲ ਆਇਲਸ ਹੈ। ਸੋ ਦੀਸ ਕਾਇੰਡ ਆਫ ਕਿਡਸ ਅੱਜ ਦੀ ਡੇਟ ਵਿੱਚ ਹੈਵ ਗੋਟ ਲੋਟ ਆਫ ਓਪਰਚੁਨਿਟੀਜ਼, not only in Canada but in many other countries like Australia, New Zealand, Germany. ਬਹੁਤ ਓਪਰਚੁਨਿਟੀਜ਼ ਔਰ ਆਪਸ਼ਨਸ ਹੈ ਤੁਹਾਡੇ ਵਰਗੇ ਬੱਚਿਆਂ ਲਈ। ਸੋ ਪਿਰਾਮਿਡ ਈ ਸਰਵਿਸਿਜ ਦੇ ਆਫਿਸਿਸ ਹੈਗੇ ਹੈ ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਪਟਿਆਲਾ, ਚੰਡੀਗੜ੍ਹ, ਪਠਾਨਕੋਟ, ਨਵੀਂ ਦਿੱਲੀ, ਅਹਿਮਦਾਬਾਦ, ਹੈਦਰਾਬਾਦ, ਕੋਚੀ, ਕੇਰਲਾ ਵਿੱਚ, ਇਹਨਾਂ ਜਗ੍ਹਾ 'ਤੇ ਪਿਰਾਮਿਡ ਈ ਸਰਵਿਸਿਸ ਦੇ ਆਫਿਸਿਸ ਹੈ। ਤੁਸੀਂ ਆਓ, ਪਿਰਾਮਿਡ ਈ ਸਰਵਿਸਿਸ ਦੇ ਆਫਿਸ ਵੀ ਵਿਜ਼ਿਟ ਕਰੋ। ਕੈਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਲਾਤਵੀਆ, ਹੰਗਰੀ, ਕਿਸੇ ਵੀ ਕੰਟਰੀ 'ਚ ਅਪਲਾਈ ਕਰਨਾ ਚਾਹੁੰਦੇ ਹੋ, ਪਿਰਾਮਿਡ ਈ ਸਰਵਿਸਿਸ ਇਜ਼ ਅ ਵਨ ਸਟੋਪ ਸ਼ੋਪ ਜੋ ਤੁਹਾਡੀ ਸਟੂਡੈਂਟ ਵੀਜ਼ਾ ਦੀ ਰਿਕੁਆਇਰਮੈਂਟਸ ਤੁਹਾਨੂੰ ਬੜੀ ਪਾਰਦਰਸ਼ਤਾ ਨਾਲ ਦੱਸ ਕੇ ਯੂਨੋ ਤੁਹਾਡਾ ਕੈਨੇਡਾ ਔਰ ਬਾਕੀ ਕੰਟਰੀਆਂ ਵਿੱਚ ਜਾਣ ਦਾ ਤੁਹਾਡਾ ਸੁਪਨਾ ਪੂਰਾ ਕਰ ਸਕਦੇ। ਸੋ ਇੱਕ ਜਿਹੜੀ ਗੱਲ ਸਾਹਮਣੇ ਆ ਪਿਛਲੇ ਕੁਛ ਸਮੇਂ ਤੋਂ, ਇਹ ਹੈ ਕਿ ਜਿਹੜਾ GAC 10,000 ਬੱਚਾ ਪੇ ਕਰਦਾ ਸੀ ਉਹ 20,000 ਕਰ ਦਿੱਤਾ ਗਿਆ। ਸੋ ਕੀ ਇਹ ਸੱਚ? ਨਹੀਂ ਕੀਤਾ ਗਿਆ, ਹਜੇ ਕੋਈ ਓਫੀਸ਼ੀਅਲ ਅਨਾਊਂਸਮੈਂਟ ਨਹੀਂ ਆਈ ਹੈ। ਇੱਕ IRCC ਵੱਲੋਂ ਡਾਕੂਮੈਂਟ ਜ਼ਰੂਰ ਆਇਆ ਸੀ, ਪਰ ਉਸ ਡਾਕੂਮੈਂਟ ਦੀ ਹਜੇ ਕਿਸੇ ਪ੍ਰਕਾਰ ਨਾਲ ਕੋਈ ਪੁਸ਼ਟੀ ਇਮੀਗ੍ਰੇਸ਼ਨ ਨੇ ਆਪ ਨਹੀਂ ਕੀਤੀ ਹੈ। ਜਦੋਂ ਤੱਕ ਵੈਬਸਾਈਟ 'ਤੇ ਅਪਡੇਟ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਇਹਨੂੰ 100% ਯਕੀਨਨ ਗੱਲ ਨਾ ਸਮਝੋ। ਬਹੁਤ ਸਾਰੇ ਬੱਚਿਆਂ ਨੇ ਆਪਣੀ ਫਾਈਲ ਰੋਕ ਲਈ, ਯੂਨੋ ਵੇਟ ਕਰਨ ਲੱਗ ਪਏ ਆ ਕਿ 1 April ਆਊਗੀ, ਉਸ ਤੋਂ ਬਾਅਦ ਕਰਾਂਗੇ। ਇੱਦਾਂ ਦੀਆਂ ਚੀਜ਼ਾਂ ਵਿੱਚ ਦੇਰੀ ਨਹੀਂ ਕਰੇਗੀ ਕਾਕਾ ਜੀ, ਲੇਟ ਹੋ ਜਾਂਦੇ ਹੋ, ਉਸ ਤੋਂ ਬਾਅਦ ਹੋਰ ਬਹੁਤ ਜ਼ਿਆਦਾ ਉਹਦੇ ਨਾਲ ਇੰਪਲੀਕੇਸ਼ਨਸ ਔਰ ਹੋਰ ਬਹੁਤ ਨੁਕਸਾਨ ਹੋ ਸਕਦੇ ਆ। ਸੋ ਜਦੋਂ ਤੱਕ ਓਫੀਸ਼ੀਅਲ ਅਨਾਊਂਸਮੈਂਟ ਨਾ ਹੋਵੇ ਉਦੋਂ ਤੱਕ ਕਿਸੇ ਵੀ ਚੀਜ਼ ਨੂੰ ਸੱਚ ਨਹੀਂ ਮੰਨੀਗਾ। ਹੋ ਸਕਦਾ ਹੈ, ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਇਸ ਕਾਲ ਤੋਂ ਬਾਅਦ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਨਾਮ ਦੱਸੋ ਆਪਣਾ। ਹਾਂਜੀ ਜੀ, ਮਨਰਾਜ ਜੀ, ਮਨਰਾਜ ਗੱਲ ਕਰ ਰਿਹਾ ਜੀ। ਜੀ, ਸਵਾਲ ਪੁੱਛੋ ਜੀ। ਸਰ, ਮੈਂ ਲੁਧਿਆਣਾ ਤੋਂ ਗੱਲ ਕਰ ਰਿਹਾ, ਐਕਚੁਅਲੀ ਨਾ ਪਲੱਸ ਟੂ ਕੀਤੀ ਹੋਈ ਹੈ ਕਮਰਸ ਦੇ ਵਿੱਚ। ਓਕੇ। 65% ਨੰਬਰ ਨੇ ਮੇਰੇ, 2018 ਸਟੱਡੀ ਪਾਸ ਆਊਟ ਹੈ। ਮੈਂ 2 ਆਈਲੈਟਸ ਕੀਤੀ ਹੈ ਪਰ ਮੇਰੇ 5.5 ਬੈਂਡ ਸਕੋਰ ਹੀ ਆ ਰਹੇ ਨੇ, ਮੈਂ ਕੈਨੇਡਾ ਜਾਣਾ ਚਾਹੁੰਦਾ। ਦੇਖ ਕਾਕਾ, 5.5 ਬੈਂਡ ਨਾਲ ਤਾਂ ਕੈਨੇਡਾ ਜਾਣਾ ਮੁਸ਼ਕਿਲ ਹੈ। ਓਵਰਆਲ ਕਿੰਨੇ ਹੈ? ਓਵਰਆਲ 5.5 ਬਣ ਰਹੇ ਨੇ। ਮੈਂ ਲੁਧਿਆਣਾ ਆਫਿਸ ਗਿਆ ਸੀਗਾ ਆਪਣੇ ਪਿਰਾਮਿਡ ਈ ਸਰਵਿਸ ਤੇ, ਤੇ ਉਹਨਾਂ ਨੇ ਮੇਰੇ 2+2 ਪ੍ਰੋਗਰਾਮ ਬਾਰੇ। ਐਗਜ਼ੈਕਟਲੀ। ਤੋ ਯੂ ਨੋ ਤੁਸੀਂ ਡਾਇਰੈਕਟਲੀ ਅਪਲਾਈ ਨਹੀਂ ਕਰ ਸਕਦੇ, ਹਾਲਾਂਕਿ ਅੱਜ ਦੀ ਡੇਟ ਵਿੱਚ ਕੁਝ ਕੰਸਲਟੈਂਟ 5.5 ਬੈਂਡ ਤੇ ਡੈਸਪਰੇਸ਼ਨ ਵਿੱਚ ਐਡਵਰਟਾਈਜ਼ਮੈਂਟ ਦੇਣੀ ਸ਼ੁਰੂ ਕਰ ਗਏ ਹੈ ਦੁਬਾਰਾ ਤੋਂ ਕਿ ਹਾਂ ਵੀ 5.5 ਬੈਂਡ ਤੇ ਕੈਨੇਡਾ ਜਾਓ, ਜਿੱਥੇ ਕੈਨੇਡਾ ਨੇ ਹੁਣ SDS ਦੇ ਤਹਿਤ 6 ਈਚ ਲੈਣੇ ਸ਼ੁਰੂ ਕਰ ਦਿੱਤੇ ਹੈ, ਜਿੱਥੇ 6-5.5 ਬੈਂਡ ਵਾਲਿਆਂ ਦਾ ਰਿਫਿਊਜ਼ਲ ਰੇਟ 25% ਤੋਂ 50% ਵੱਧ ਚੁੱਕਾ ਹੈ, ਉੱਥੇ 5.5 ਬੈਂਡ ਦੇ ਓਵਰਆਲ ਵੀਜ਼ਾ ਲੱਗਣਾ ਬਹੁਤ ਮੁਸ਼ਕਿਲ ਹੈ। ਪਰ ਹਾਂ, ਇਹਨਾਂ ਬੱਚਿਆਂ ਦਾ ਕੀ ਕਰੀਏ ਜਿਨ੍ਹਾਂ ਦੇ 5.5 ਬੈਂਡ ਤੋਂ ਵੱਧ ਨਹੀਂ ਰਹੇ? ਉਹਨਾਂ ਬੱਚਿਆਂ ਲਈ ਪਿਰਾਮਿਡ ਈ ਸਰਵਿਸਿਸ ਤੁਹਾਡੇ ਲਈ ਲੈ ਕੇ ਆ ਰਿਹਾ ਹੈ, ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਵਿੱਚ ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਰਕਾਰੀ ਯੂਨੀਵਰਸਿਟੀ ਦੀ ਜੋ ਕਿ AICTE ਅਪਰੂਵਡ ਹੈ, UGC ਅਪਰੂਵਡ ਹੈ, ਉਹਦੀ ਪੜ੍ਹਾਈ ਕਰਕੇ ਤੁਸੀਂ 2 ਸਾਲਾਂ ਬਾਅਦ ਯੂਨੋ 2 ਸਾਲ ਕੈਨੇਡਾ ਵਿੱਚ ਲਗਾ ਕੇ 4 ਸਾਲਾਂ ਦੀ ਡਿਗਰੀ ਹਾਸਲ ਕਰ ਸਕਦੇ ਹੋ। ਔਰ ਖਰਚਾ ਕਿੰਨਾ, ਜੋ ਕਿ PTU ਦੀ ਫੀਸ ਹੈ, ਯੂਨੋ 40-50 ਹਜ਼ਾਰ ਰੁਪਈਆ ਫੀਸ ਸਾਲ ਦੀ ਭਰ ਕੇ, 2 ਸਾਲਾਂ ਦਾ ਯੂਨੋ 80-90 ਹਜ਼ਾਰ ਲੱਖ ਰੁਪਈਆ ਭਰ ਕੇ ਤੁਸੀਂ ਕੈਨੇਡਾ ਵਿੱਚ ਡਾਇਰੈਕਟਲੀ 3rd year ਜਾ ਸਕਦੇ ਹੋ। 1.25 ਲੱਖ ਰੁਪਈਆ 2 ਸਾਲਾਂ ਵਿੱਚ ਭਰ ਕੇ ਰਹਿਣ ਸਹਿਣ ਦਾ ਖਰਚਾ ਕਿੰਨਾ ਆ ਜਾਂਦਾ ਜੇ ਤੁਸੀਂ PG ਵੀ ਲੈ ਰਹੇ ਹੋ, ਅਕੋਮੋਡੇਸ਼ਨ ਵੀ ਲੈ ਰਹੇ ਹੋ, 70-80 ਹਜ਼ਾਰ ਰੁਪਈਆ ਸਾਲ ਦਾ। ਸੋ 2 ਸਾਲਾਂ ਵਿੱਚ ਰਹਿਣ ਸਹਿਣ ਦਾ ਖਰਚਾ ਮਿਲਾ ਕੇ 1.25 ਲੱਖ ਰੁਪਈਆ 2 ਲੱਖ ਰੁਪਈਆ ਰਹਿਣ ਸਹਿਣ ਦਾ ਖਰਚਾ ਮਿਲਾ ਕੇ ਤੁਸੀਂ ਡਾਇਰੈਕਟਲੀ 3rd year ਵਿੱਚ ਜਾ ਸਕਦੇ ਹੋ ਇਨ ਕੈਨੇਡੀਅਨ ਇੰਸਟੀਟਿਊਸ਼ਨ। ਸੋ 2 ਸਾਲ ਪੜ੍ਹਾਈ ਕਰੋਗੇ ਪਿਰਾਮਿਡ ਕਾਲਜ ਵਿੱਚ, 2 ਸਾਲ ਪੜ੍ਹਾਈ ਕਰੋਗੇ ਕੈਨੇਡਾ ਦੀਆਂ ਇੰਸਟੀਟਿਊਸ਼ਨਸ ਵਿੱਚ ਜਿਵੇਂ ਟ੍ਰੈਂਟ ਯੂਨੀਵਰਸਿਟੀ, ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ, ਸਿਟੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਸੈਨਿਕਾ ਕਾਲਜ, ਜਿਨ੍ਹਾਂ ਦੇ ਨਾਲ ਟਾਈ ਅਪ ਆਲਰੇਡੀ ਹੋਏ ਹੋਏ ਹੈ, ਇੱਥੇ 2 ਸਾਲ ਲਗਾ ਕੇ, ਉੱਥੇ 2 ਸਾਲ ਲਗਾ ਕੇ 4 ਸਾਲ ਦੀ ਡਿਗਰੀ ਹਾਸਲ ਕਰਕੇ 3 ਸਾਲ ਤੱਕ ਦਾ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ।
ਸੋ 1.5-1.5 ਲੱਖ ਰੁਪਏ ਵਿੱਚ ਤੁਸੀਂ ਘੱਟ ਤੋਂ ਘੱਟ ਨਹੀਂ ਤਾਂ 35-40 ਲੱਖ ਰੁਪਈਆ ਆਪਣਾ ਬਚਾ ਸਕਦੇ ਹੋ ਓਵਰਆਲ, ਔਰ ਥਰਡ ਈਅਰ ਵਿੱਚ ਜਾ ਕੇ ਉੱਥੋਂ ਦੇ ਸਿਸਟਮ ਵਿੱਚ ਢਲ ਕੇ ਸਿਸਟਮ ਸਮਝ ਕੇ ਉੱਥੇ ਪਹੁੰਚੋਗੇ, ਜਿਹਦੇ ਨਾਲ ਨਾ ਹੀ ਉੱਥੇ ਫੇਲ ਹੋਣ ਦਾ ਡਰ, ਨਾ ਹੀ ਉੱਥੇ ਸਪਲੀਆਂ ਦਾ ਡਰ, ਨਾ ਹੀ ਉੱਥੇ ਇਹਨੂੰ ਆਪਣੇ ਆਪ ਨੂੰ ਐਡਜਸਟ ਕਰਨ ਦਾ ਡਰ, ਕਿਉਂਕਿ ਆਲਰੇਡੀ ਉਹੀ ਮਾਹੌਲ ਉੱਦਾਂ ਦਾ ਰਲਦਾ ਮਿਲਦਾ ਮਾਹੌਲ ਤੁਹਾਨੂੰ ਪਿਰਾਮਿਡ ਕਾਲਜ ਵਿੱਚ ਮਿਲੂਗਾ, ਜਿਸ ਕਰਕੇ ਤੁਹਾਡੀ ਗਰੂਮਿੰਗ ਔਰ ਤੁਹਾਡੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਔਰ ਰੈਡੀਨੈਸ ਟੂ ਗੋ ਟੂ ਕੈਨੇਡਾ ਵਿਲ ਇਨਕਰੀਜ਼। ਸੋ ਪਿਰਾਮਿਡ ਕਾਲਜ ਔਫ ਬਿਜ਼ਨਸ ਐਂਡ ਟੈਕਨੋਲੋਜੀ ਜੋ ਕਿ ਜਲੰਧਰ ਫਗਵਾੜਾ ਹਾਈਵੇ 'ਤੇ ਸਿਚੁਏਟਡ ਹੈ, ਯੂਨੋ ਉਹਨਾਂ ਦੀ ਐਡਮਿਸ਼ਨ ਸਾਲ 2019 ਦੀ ਸ਼ੁਰੂ ਹੋ ਚੁੱਕੀ ਹੈ। MBA, BBA, BCOM, BCA, ਬੈਚਲਰ ਆਫ ਐਨੀਮੇਸ਼ਨ ਔਰ ਮਲਟੀਮੀਡੀਆ, ਬੈਚਲਰ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ, ਬੈਚਲਰ ਆਫ ਏਅਰਲਾਈਨ ਐਂਡ ਟੂਰਿਜ਼ਮ ਮੈਨੇਜਮੈਂਟ, ਯੂਨੋ ਦੇ ਪ੍ਰੋਗਰਾਮ ਦੀ ਐਡਮਿਸ਼ਨਸ ਓਪਨ ਹੋ ਚੁੱਕੀਆਂ ਹੈ। ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਦੇ ਵਿੱਚ BCA, BBA ਔਰ BCOM ਦੇ ਵਿੱਚ 2+2 ਲਈ ਆਪਾਂ ਸੱਦਾ ਦੇ ਰਹੇ ਹਾਂ। ਸੋ ਇਸ ਪ੍ਰੋਗਰਾਮ ਵਿੱਚ 30-35 ਲੱਖ ਰੁਪਏ ਦੀ ਬਚਤ ਕਰਕੇ ਕੈਨੇਡਾ ਜਾ ਕੇ ਡਿਗਰੀ ਹਾਸਲ ਕਰਕੇ ਇੱਕ ਉਜਵਲ ਭਵਿੱਖ ਬਣਾ ਸਕਦੇ ਹੋ। ਜੇ ਜੋਬ ਲੱਭ ਰਹੇ ਹੋ ਤਾਂ ਮੇਰੀ ਨਿੱਜੀ ਸੁਜੈਸ਼ਨ ਹੈ ਦੈਟ ਗੋ ਫੋਰ MBA। ਗ੍ਰੈਜੂਏਸ਼ਨ ਤੋਂ ਬਾਅਦ ਸਾਡੇ MBA ਪ੍ਰੋਡਕਟ ਵਿੱਚ ਬੱਚਿਆਂ ਦੇ ਇਸ ਵਾਰੀ 5.5-5 ਲੱਖ ਰੁਪਏ ਨਾਲ ਪਲੇਸਮੈਂਟ ਹੋਈ ਹੈ। ਜੋਬ ਆਫਰਾਂ ਆ ਕੇ ਦੇਖੋ, 5.5-5.5 ਲੱਖ ਐਵਰੇਜ ਬੱਚੇ ਨੂੰ ਤਨਖਾਹ ਮਿਲੀ ਹੈ, ਔਰ ਖਰਚਾ ਕਿੰਨਾ MBA ਦਾ ਸਾਲ ਦਾ 80,000 ਰੁਪਏ ਤੋਂ 1 ਲੱਖ ਰੁਪਈਆ ਸਕੋਲਰਸ਼ਿਪਸ ਨਾਲ ਮਿਲਦੀਆਂ। ਸੋ 2 ਲੱਖ ਰੁਪਏ 'ਚ ਜੇ ਤੁਸੀਂ 5 ਲੱਖ ਰੁਪਏ ਤੱਕ ਪਹੁੰਚ ਸਕਦੇ ਹੋ ਜੋਬ ਵਿੱਚ, ਤਾਂ ਵਾਈ ਨੋਟ। ਸੋ ਗ੍ਰੈਜੂਏਟ ਸਟੂਡੈਂਟਸ ਨੂੰ ਆਪਾਂ ਇਨਵਾਈਟ ਕਰ ਰਹੇ ਹਾਂ MBA ਪ੍ਰੋਗਰਾਮ ਲਈ, ਕਮ ਜੁਆਇਨ ਦ ਐਲੀਟ MBA ਪ੍ਰੋਗਰਾਮ ਐਟ ਪਿਰਾਮਿਡ ਕਾਲਜ। ਸਵਾਗਤ ਕਰਦੇ ਹਾਂ ਜੀ, ਕੌਣ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਗੱਲ ਕਰ ਰਿਹਾ ਮੋਗਾ ਤੋਂ। ਰਮਨ ਜੀ, ਸਵਾਲ ਪੁੱਛੋ। ਸਰ, ਮੈਂ ਨਾ ਸੁਣਨ ਤੇ ਆਇਆ ਕਿ ਜਿੱਦਾਂ ਆਪਣਾ ਮਾਰਚ ਤੇ ਅਪ੍ਰੈਲ ਤੋਂ ਬਾਅਦ ਅਪ੍ਰੈਲ ਤੇ ਅਪਲਾਈ ਕਰਾਂਗੇ ਤੇ ਆਪਣਾ JIC $20,000 ਹੋ ਜਾਣਾ, ਏਦਾਂ ਦਾ ਕੁਛ ਹੈਗਾ ਚੱਕਰ ਕਿ ਨਹੀਂ ਸਰ? ਸੋ ਇਹਦੀ ਕੋਈ ਵੀ ਆਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਆਈ ਹੈ। ਸਾਰੇ ਬੱਚੇ ਜਿਹੜੇ ਅੱਜ ਇਹ ਸ਼ੋਅ ਸਾਡੇ ਨਾਲ ਦੇਖ ਰਹੇ ਹੈ ਜਾਂ ਜਿਹੜੇ ਨਹੀਂ ਵੀ ਦੇਖ ਰਹੇ, ਉਹਨਾਂ ਨੂੰ ਮੇਰਾ ਇਹ ਮੈਸੇਜ ਪਲੀਜ਼ ਕਲੀਅਰਲੀ ਕਮਿਊਨੀਕੇਟ ਕਰੋ। ਦੇਖੋ, ਇਸ ਬਾਰੇ ਆਪਾਂ ਡਿਟੇਲ 'ਚ, ਆਪਾਂ 2 ਮਿੰਟ 'ਚ, ਮੈਂ ਫਟਾਫਟ ਇਹਦੇ ਬਾਰੇ ਤੁਹਾਨੂੰ ਮੈਂ ਡਿਟੇਲ 'ਚ, ਹਜੇ ਅਪਲਾਈ ਕਰ ਲਓ ਕਿ ਹਜੇ 5 ਲੱਖ ਦੇਣਾ ਪੈਣਾ, ਬਾਅਦ 'ਚ ਤੁਹਾਨੂੰ ਡਬਲ ਪੈ ਜਾਣਾ ਸਾਡੇ। ਐਗਜੈਕਟਲੀ ਇਸ ਵੇਲੇ ਬਹੁਤ ਜ਼ਿਆਦਾ ਏਜੰਟਾਂ ਨੇ ਕਾਹਲੀ ਮਚਾਈ ਹੋਈ ਹੈ, ਫਟਾਫਟ ਕਰ ਲਓ, ਇਹ ਕਰ ਲਓ, ਉਹ ਕਰ ਲਓ, ਇੱਧਰ ਹੋ ਜਾਊਗਾ, ਉਹ ਹੋ ਜਾਊਗਾ। ਦੇਖੋ, ਅਫੀਸ਼ੀਅਲ ਅਨਾਊਂਸਮੈਂਟ ਨਹੀਂ ਆ ਰਹੀ ਹੈ, ਮੈਂ ਇਸ ਗੱਲ ਤੋਂ ਵੀ ਡਿਨਾਈ ਨਹੀਂ ਕਰ ਰਿਹਾ, ਨਾ ਨਹੀਂ ਕਰ ਰਿਹਾ ਕਿ ਇਹ ਚੇਂਜ ਨਹੀਂ ਹੋ ਸਕਦੀ, ਪਰ ਹਜੇ ਤੱਕ ਕੋਈ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਆਈ ਹੈ। ਅਫੀਸ਼ੀਅਲ ਅਨਾਊਂਸਮੈਂਟ ਜਦੋਂ ਵੀ ਆਉਂਦੀ ਹੈ ਉਸ ਤੋਂ ਬਾਅਦ ਵੀ ਟਾਈਮ ਮਿਲਦਾ ਹੈ, ਇੱਦਾਂ ਨਹੀਂ ਕਿਹਾ ਜਾਂਦਾ ਜੀ ਕਿ 1 ਅਪ੍ਰੈਲ ਨੂੰ ਅੰਬੈਸੀ ਆਪਣੀ ਵੈਬਸਾਈਟ 'ਤੇ ਚੜਾਊਗੀ ਕਿ ਅੱਜ ਤੋਂ ਹੀ ਲਾਗੂ ਹੋ ਗਿਆ। SDH ਵੀ ਜਦੋਂ ਆਉਣਾ ਸੀ SDH ਵਿੱਚ ਵੀ ਸਮਾਂ ਮਿਲਿਆ। ਇੱਦਾਂ ਦੀਆਂ ਚੇਂਜਸ ਜਦੋਂ ਵੀ ਹੁੰਦੀਆਂ, ਫਾਈਨੈਂਸ਼ੀਅਲ ਇੰਪਲੀਕੇਸ਼ਨਸ ਖਾਸ ਕਰ ਜਦੋਂ ਵੀ ਚੇਂਜਸ ਦੇ ਨਾਲ ਜੁੜੀਆਂ ਹੋਣ, ਜਦੋਂ ਪੈਸਾ ਜੁੜਿਆ ਹੋਵੇ ਅਤੇ ਸਮਾਂ ਮਿਲਦਾ ਹੈ। ਇਸ ਕਰਕੇ ਇਹ ਮੰਨ ਕੇ ਚੱਲੋ ਕਿ 1 ਅਪ੍ਰੈਲ ਨੂੰ ਮੈਨੂੰ ਇਹ ਹੁੰਦਾ ਹੋਇਆ ਦਿਖ ਨਹੀਂ ਰਿਹਾ, ਔਰ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ 20,000 ਨਾ ਹੋਵੇ, ਸ਼ਾਇਦ 15,000 ਹੋਵੇ, ਸ਼ਾਇਦ 10,000 ਹੀ ਰਹਿ ਜਾਵੇ, ਕਿਉਂਕਿ ਹਜੇ ਯੂਨੀਵਰਸਿਟੀਜ਼ ਔਰ ਕਾਲਜਿਸ ਨੇ ਇਹਦੇ ਉੱਪਰ ਥੋੜ੍ਹਾ ਜਿਹਾ ਇਤਰਾਜ਼ ਜਿਤਾਇਆ ਹੈ। ਡਿਸਕਸ਼ਨ ਹੋਈ ਸੀ ਯੂਨੋ, ਪਰ ਇਹਦੇ ਉੱਪਰ ਇਤਰਾਜ਼ ਜਿਤਾਉਣ ਕਰਕੇ ਇਹ ਡਿਸੀਜਨ ਹਜੇ ਥੋੜ੍ਹਾ ਜਿਹਾ ਹੋਲਡ ਬੈਕ ਕੀਤਾ ਗਿਆ ਹੈ, ਸ਼ਾਇਦ ਹੋ ਜਾਵੇ, ਸ਼ਾਇਦ ਨਾ ਹੋਵੇ। ਇਸ ਕਰਕੇ ਡਰਨ ਦੀ ਲੋੜ ਨਹੀਂ ਹੈ, ਆਪਣੀ GIC ਪੇ ਕਰੋ, ਆਪਣੀ ਕਾਲਜ ਫੀਸ ਪੇ ਕਰੋ, ਔਰ ਜੇ ਇਹ ਹੁੰਦਾ ਵੀ ਹੈ ਤਾਂ ਇਹਦੇ ਵਿੱਚ ਟਾਈਮ ਡੈਫੀਨੇਟਲੀ ਮਿਲੂਗਾ। ਸੋ ਡੂ ਨਾਟ ਬੀ ਅਫਰੇਡ, ਆਪਣੀ ਫਾਈਲਾਂ ਨਾ ਰੋਕੋ। ਮੈਂ ਬੇਨਤੀ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਜੋ ਕਿ ਕੈਨੇਡਾ ਜਾਣਾ ਚਾਹੁੰਦੇ ਹੈ, ਇਹ ਸਲਾਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਔਰ ਲਾਹੇਮੰਦ ਰਹਿ ਸਕਦੀ ਹੈ ਜੇ ਮੰਨੂਗੇ ਤਾਂ। ਸੋ ਫਾਈਲਾਂ ਨਾ ਰੋਕੋ, ਅਪਲਾਈ ਕਰਨ ਤੋਂ ਨਾ ਹਟੋ, GIC ਪੇ ਕਰਨ ਤੋਂ ਨਾ ਰੁਕੋ, ਫੀਸ ਪੇ ਕਰਨ ਤੋਂ ਨਾ ਰੁਕੋ। ਜਿਹੜੀਆਂ ਚੇਂਜਸ ਜਦੋਂ ਹੋਣਗੀਆਂ ਉਹ ਉਸ ਟਾਈਮ 'ਤੇ ਤੁਹਾਨੂੰ ਸਮਾਂ ਜ਼ਰੂਰ ਮਿਲੇਗਾ। ਸੋ ਜੇ ਪੇ ਕਰ ਚੁੱਕੇ ਹੋਏ ਤਾਂ ਮੁੜ ਕੇ ਨਹੀਂ ਪੇ ਕਰਨਾ ਪਏਗਾ। ਇਸ ਕਰਕੇ ਫਟਾਫਟ ਆਪਣਾ ਕੇਸ ਕਰੋ, ਔਰ ਜਿੱਦਾਂ ਚੱਲ ਰਿਹਾ ਸੀ ਉੱਦਾਂ ਚੱਲਣ ਦਿਉ, ਹਜੇ ਕਿਸੇ ਵੀ ਗੱਲ 'ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜੇ ਚੇਂਜ ਹੋਏਗੀ ਤਾਂ ਅਫੀਸ਼ੀਅਲ ਅਨਾਊਂਸਮੈਂਟ cic.gc.ca 'ਤੇ ਆਊਗੀ, ਔਰ ਉਸ ਅਨਾਊਂਸਮੈਂਟ ਤੋਂ ਬਾਅਦ ਇਹ ਚੇਂਜ ਇੰਪਲੀਮੈਂਟ ਕੀਤੀ ਜਾਊਗੀ। ਹਜੇ ਕੋਈ ਵੀ ਅਨਾਊਂਸਮੈਂਟ ਨਹੀਂ ਆਈ ਹੈ। ਸੋ GIC $20,000 ਹਜੇ ਹੁੰਦਾ ਹੋਇਆ ਨਹੀਂ ਦਿਖ ਰਿਹਾ, ਖਾਸ ਕਰ 1 ਅਪ੍ਰੈਲ ਨੂੰ ਤਾਂ ਬਿਲਕੁਲ ਨਹੀਂ ਦਿਖ ਰਿਹਾ ਜੀ। ਸੋ ਪਿਰਾਮਿਡ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਮਨੂਰ ਸਿੰਘ ਬੇਦੀ ਜਿਹਨਾਂ ਗੱਲਬਾਤ ਕਰਨ ਨੇ 92563 92563 ਨੰਬਰ 'ਤੇ ਕਾਲ ਕਰ ਸਕਦੇ ਹੋ, 9256392563। ਹੈਲੋ, ਹਲੋ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਪਰਮਜੀਤ ਬੋਲ ਰਹੀ ਹਾਂ ਜੀ। ਪਰਮਜੀਤ ਜੀ। ਹਾਂਜੀ ਸਰ, ਪਟਿਆਲਾ ਤੋਂ ਬੋਲ ਰਹੀ ਹਾਂ ਜੀ। ਪਰਮਜੀਤ ਜੀ, ਪਟਿਆਲਾ ਤੋਂ ਕਨਫਰਮ ਕਰਨਾ ਸੀ, ਮੈਂ +2 ਨੂੰ ਕਰ ਰਹੀ ਹਾਂ ਨਾਨ ਮੈਡੀਕਲ ਦੇ ਵਿੱਚ। ਓਕੇ, ਤੇ
ਹਾਂ ਜੀ, ਤੇ ਮੈਂ ਕਨਫਰਮ ਕਰਨਾ ਸੀਗਾ, ਹੁਣ ਮੇਰੇ ਐਗਜ਼ਾਮ ਹੋ ਰਹੇ ਆ ਤੇ ਤੁਹਾਡਾ ਜਿੱਦਾਂ ਕਿ ਪਟਿਆਲਾ ਦੇ ਵਿੱਚ ਕੋਈ ਆਇਲਸ ਸੈਂਟਰ ਹੈਗਾ ਹੈ? ਬਿਲਕੁਲ, ਪਟਿਆਲਾ ਦੇ ਵਿੱਚ ਨਵੀਂ ਛੋਟੀ ਬਰਾਦਰੀ ਵਿੱਚ ਆਫਿਸ ਹੈਗਾ ਹੈ, ਉੱਥੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ। ਔਰ ਐਟ ਦ ਸੇਮ ਟਾਈਮ 12ਵੀਂ ਪਾਸ ਬੱਚਿਆਂ ਦੇ ਲਈ ਪਿਰਾਮਿਡ ਈ ਸਰਵਿਸਿਸ ਇੱਕ ਵਾਰ ਫੇਰ ਤੋਂ, ਯੂ ਨੋ, ਕੈਨੇਡੀਅਨ ਐਜੂਕੇਸ਼ਨ ਫੇਅਰ, ਕੈਨੇਡਾ ਸਿੱਖਿਆ ਮੇਲਾ ਲੈ ਕੇ ਆਇਆ ਹੈ, ਜਿਹਦੇ ਵਿੱਚ ਕੈਨੇਡਾ ਤੋਂ 35 ਤੋਂ ਵੱਧ ਕਾਲਜ ਔਰ ਯੂਨੀਵਰਸਿਟੀ ਦੇ ਨੁਮਾਇੰਦੇ ਸ਼ਿਰਕਤ ਕਰਨਗੇ ਔਰ ਬੱਚਿਆਂ ਦੇ ਨਾਲ ਰੂਬਰੂ ਹੋ ਕੇ ਆਫਰ ਲੈਟਰ ਦਾ ਮੌਕੇ 'ਤੇ ਨਤੀਜਾ ਦੇਣਗੇ। ਫਾਇਦਾ ਕੀ ਹੈ? ਐਪਲੀਕੇਸ਼ਨ ਫੀਸ ਵੇਵਰਸ ਮਿਲਦੇ ਆ ਬੜੇ ਵੱਡੇ ਲੈਵਲ 'ਤੇ। ਫਾਇਦਾ ਕੀ ਹੈ? ਸਕੋਲਰਸ਼ਿਪਸ ਮਿਲਦੀਆਂ ਬਹੁਤ ਵੱਡੇ ਲੈਵਲ 'ਤੇ। ਫਾਇਦਾ ਕੀ ਹੈ? ਮੌਕੇ 'ਤੇ ਨਤੀਜਾ ਮਿਲ ਜਾਂਦਾ। ਸੋ ਜੇ ਤੁਸੀਂ 12ਵੀਂ ਦਾ ਇਮਤਿਹਾਨ ਦੇ ਰਹੇ ਹੋ, ਮੇਰੇ ਵੱਲੋਂ ਬੈਸਟ ਵਿਸ਼ਿਜ਼, ਵਾਹਿਗੁਰੂ ਕਰੇ, ਬਾਬਾ ਨਾਨਕ ਕਰੇ ਕਿ ਤੁਹਾਡੇ ਨੰਬਰ ਇੰਨੇ ਚੰਗੇ ਆਉਣ ਕਿ ਸਾਨੂੰ ਸੋਚਣਾ ਵੀ ਨਾ ਪਵੇ ਕਿਹੜੇ ਕਾਲਜ 'ਚ ਅਪਲਾਈ ਕਰਨਾ, ਕਿਹੜੇ ਪ੍ਰੋਗਰਾਮ 'ਚ ਅਪਲਾਈ ਕਰਨਾ, ਵੀਜ਼ਾ ਲੱਗੂਗਾ ਕਿ ਨਾ ਲੱਗੂਗਾ। ਜੇ ਨੰਬਰ 55 ਤੋਂ 65% ਦੀ ਰੇਂਜ ਵਿੱਚ ਆਉਂਦੇ ਹੈ ਤਾਂ ਹਮੇਸ਼ਾ ਅੰਬੈਸੀ ਦੀ ਡਿਸਕ੍ਰਿਪਸ਼ਨ ਹੈ ਵੀਜ਼ਾ ਦੇਣਾ ਦੇਣਾ। ਇਹੀ ਨੰਬਰ ਜਦੋਂ 70-75-80% ਹੋ ਜਾਂਦੇ ਹੈ, ਬੈਂਡ ਇੰਪਰੂਵ ਹੋ ਜਾਂਦੇ ਅਤੇ ਅੰਬੈਸੀ ਵੀ ਮਜਬੂਰ ਹੋ ਜਾਂਦੀ ਹੈ, ਕਿਉਂਕਿ ਕੈਨੇਡਾ ਵਰਗੇ ਮੁਲਕ ਨੂੰ ਹਜੇ ਵੀ ਨਵੀਂ ਯੂਥ ਦੀ ਲੋੜ ਹੈ, ਨਵੇਂ ਬੱਚਿਆਂ ਦੀ ਲੋੜ ਹੈ, ਜਨਰੇਸ਼ਨ, ਕਿਉਂਕਿ ਉੱਥੇ ਜਿਹੜੇ ਓਲਡ ਪਾਪੂਲੇਸ਼ਨ ਹੈ ਦੇ ਆਰ ਗਰੋਇੰਗ। ਸੋ ਇਸ ਲਈ ਪਿਰਾਮਿਡ ਈ ਸਰਵਿਸਿਸ ਕੈਨੇਡੀਅਨ ਐਜੂਕੇਸ਼ਨ ਫੇਅਰ ਲੈ ਕੇ ਆਇਆ ਹੈ, ਜਿਹਦੇ ਵਿੱਚ ਤੁਸੀਂ ਅਟੈਂਡ ਕਰ ਸਕਦੇ ਹੋ 29th March ਨੂੰ, 29 March ਨੂੰ ਜਲੰਧਰ ਵਿੱਚ, 30 March ਨੂੰ ਮੋਗੇ ਦੇ ਵਿੱਚ, 31 March ਨੂੰ ਲੁਧਿਆਣੇ ਦੇ ਵਿੱਚ, 1 April ਨੂੰ ਚੰਡੀਗੜ੍ਹ ਦੇ ਵਿੱਚ, 2 April ਨੂੰ ਪਟਿਆਲਾ। ਸੋ ਜੇ ਤੁਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਹੋ, 2 April ਨੂੰ ਪਿਰਾਮਿਡ ਈ ਸਰਵਿਸਿਸ ਕੈਨੇਡੀਅਨ ਐਜੂਕੇਸ਼ਨ ਫੇਅਰ ਕੈਨੇਡਾ ਸਿੱਖਿਆ ਮੇਲਾ ਲੈ ਕੇ ਆ ਰਿਹਾ ਹੈ, ਜਿਹਦੇ ਵਿੱਚ 35 ਤੋਂ ਵੱਧ ਕਾਲਜ ਔਰ ਯੂਨੀਵਰਸਿਟੀ ਸ਼ਿਰਕਤ ਕਰਨਗੇ। ਤੁਸੀਂ ਆਪਣੇ ਪਟਿਆਲੇ ਵਿੱਚ ਸਾਨੂੰ ਮਿਲ ਕੇ, ਸਾਡੇ, ਯੂ ਨੋ, ਕੈਨੇਡੀਅਨ ਯੂਨੀਵਰਸਿਟੀ ਦਾ ਰਿਪ੍ਰੈਜੈਂਟੇਟਿਵ ਨੂੰ ਮਿਲ ਕੇ ਕੈਨੇਡਾ ਸਪਟੈਂਬਰ ਸੈਸ਼ਨ ਵਿੱਚ ਦਾਨ ਦੇ ਆਪਣੇ, ਯੂ ਨੋ, ਡਿਸੀਜਨ ਨੂੰ ਪੂਰਾ ਪੱਕਾ ਕਰ ਸਕਦੇ ਹੋ। 4 April ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਬਠਿੰਡੇ ਦੇ ਵਿੱਚ, 5 April ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਪਠਾਨਕੋਟ, 10 April ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਨਵੀਂ ਦਿੱਲੀ ਦੇ ਵਿੱਚ। ਸੋ ਇਹਨਾਂ ਲੋਕੇਸ਼ਨਸ 'ਤੇ ਆ ਕੇ ਤੁਸੀਂ ਆਪਣਾ ਸੈਮੀਨਾਰ ਅਟੈਂਡ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ। ਜੀ, ਸੋ ਪਿਰਾਮਿਡ ਈ ਸਰਵਿਸਿਜ਼ ਦੇ ਤੁਸੀਂ ਜਿਹੜਾ ਹੈਲਪਲਾਈਨ ਨੰਬਰ ਆ 92-563-92-563 ਨੰਬਰ 'ਤੇ ਕਾਲ ਕਰ ਸਕਦੇ ਹੋ। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਅਪੋਇੰਟਮੈਂਟ ਫਿਕਸ ਕਰ ਸਕਦੇ ਹੋ ਆਪਣੇ ਸੈਮੀਨਾਰ ਨੂੰ ਲੈ ਕੇ, ਜਾਂ ਫਿਰ ਤੁਸੀਂ ਰੂਟੀਨ ਦੇ ਵਿੱਚ ਇਹਨਾਂ ਦੇ ਆਫਿਸ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਔਰ ਪੰਜਾਬ ਤੋਂ ਬਾਹਰ ਵੀ ਇਹਨਾਂ ਦੇ ਆਫਿਸਿਸ ਨੇ। ਸੋ 92-563-92-563 ਨੰਬਰ ਤੁਹਾਡੀ ਸੁਵਿਧਾ ਦੇ ਲਈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਇਹਨਾਂ ਦੇ ਦਫ਼ਤਰਾਂ ਬਾਰੇ ਪਤਾ ਕਰ ਸਕਦੇ ਹੋ ਜਿਹੜੇ ਦਫ਼ਤਰ ਤੁਹਾਡੇ ਸ਼ਹਿਰ, ਤੁਹਾਡੇ ਪਿੰਡ ਦੇ ਆਸ ਪਾਸ ਪੈਂਦੇ ਨੇ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਬੇਦੀ ਸਾਹਿਬ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਸੈਮੀਨਾਰ ਕੰਡਕਟ ਕੀਤੇ ਜਾ ਰਹੇ ਨੇ। ਹਰ ਸਾਲ ਅਪ੍ਰੈਲ ਦੇ ਮਹੀਨੇ 'ਚ ਸਿੱਖਿਆ ਮੇਲਾ ਕੰਡਕਟ ਕੀਤਾ ਜਾਂਦਾ, ਜਿੱਥੇ ਵੱਡੀ ਗਿਣਤੀ ਵਿੱਚ ਕਾਲਜ ਚੱਲ ਕੇ ਆਉਂਦੇ ਨੇ, ਕਾਲਜ ਦੇ ਰੀਪ੍ਰੈਜੈਂਟੇਟਿਵ ਉੱਥੇ ਹੁੰਦੇ ਨੇ, ਸਟੂਡੈਂਟ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚਦੇ ਨੇ, ਮੌਕੇ 'ਤੇ ਇਨਰੋਲਮੈਂਟ ਕਰਦੇ ਨੇ। ਸੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਲੈ ਕੇ ਆਓ, ਫੀਸ ਵੇਵਰ ਮਿਲੇਗਾ, ਸਕਾਲਰਸ਼ਿਪਸ ਮਿਲਣਗੇ, ਬਹੁਤ ਕੁਝ ਇੱਕ ਹੀ ਸ਼ਰਤ ਦੇ ਤੁਹਾਨੂੰ ਮਿਲਦਾ ਉੱਥੇ। ਸੋ ਬਿਲਕੁਲ ਸਾਹਿਬ, ਜਿਹੜੇ ਬੱਚੇ ਆਲਰੇਡੀ ਰਿਫਿਊਜ਼ ਹੋ ਗਏ ਨੇ ਕੈਨੇਡਾ ਤੋਂ, ਸੋ ਉਹਨਾਂ ਬੱਚਿਆਂ ਬਾਰੇ ਗੱਲਬਾਤ ਕਰਨ ਲਈ ਸਵਾਲ ਲੈ ਲਈਏ ਪਹਿਲਾਂ ਆਪਣੇ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਪ੍ਰੀਤ ਗੱਲ ਕਰ ਰਿਹਾ ਫਰੀਦਕੋਟ ਤੋਂ ਜੀ। ਸਵਾਲ ਜੀ, ਐਲਜੀਐਸ ਪ੍ਰੋਫਾਈਲ ਸੀ ਤੇ ਜਿੱਦਾਂ ਮੇਰੇ 6.5-6 ਏਜ ਸੀ, ਨਾਲੇ ਕਹਿੰਦੇ ਜਿੱਦਾਂ ਐਲਜੀਐਸ ਦੇ ਵਿੱਚ ਰਿਫਿਊਜ਼ਲ ਨਹੀਂ ਆਉਂਦੀ, ਮੇਰੀ ਇੰਨੀ ਵਧੀਆ ਬੈਂਡ ਸਕੋਰ ਵੀ ਵਧੀਆ ਸੀ, ਪਰਸੈਂਟੇਜ ਵੀ ਪਲੱਸ ਟੂ ਚ ਵਧੀਆ ਸੀ, ਮੇਰੀ ਆ ਗਈ ਸਰ ਰਿਫਿਊਜ਼ਲ, ਮੈਨੂੰ ਬੜੀ ਟੈਨਸ਼ਨ ਪਈ ਹੈ, ਮੈਂ ਹੁਣ ਕੀ ਕਰਾਂ, ਮੈਨੂੰ ਉਹ ਦੱਸੋ ਸਰ। ਕਿਤੇ ਪ੍ਰਾਈਵੇਟ ਕਾਲਜ ਅਪਲਾਈ ਕੀਤਾ ਸੀ, ਸਰਕਾਰੀ 'ਚ ਕੀਤਾ ਸੀ? ਦੇਖੋ, ਕਿਊਬੈਕ ਵਿੱਚ ਜਿੰਨੇ ਵੀ ਕਾਲਜਿਸ ਹੈ, ਉਹਨਾਂ ਕਾਲਜਿਸ ਔਰ ਯੂਨੀਵਰਸਿਟੀਜ਼ ਵਿੱਚ, ਚਾਹੇ ਪ੍ਰਾਈਵੇਟ ਕਾਲਜ ਹੀ ਕਿਉਂ ਨਹੀਂ ਹੈਗੇ, ਪੋਸਟ ਗ੍ਰੈਜੂਏਟ ਵਰਕ ਵੀਜ਼ਾ ਤਾਂ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਜਿਹੜੇ ਸਟੂਡੈਂਟਸ ਕਿਊਬੈਕ ਵਿੱਚ ਜਾਣਾ ਚਾਹੁੰਦੇ ਆ, ਦੇ ਆਰ ਐਲੀਜੀਬਲ ਫੋਰ PGWP ਪੋਸਟ ਗ੍ਰੈਜੂਏਟ ਵਰਕ ਵੀਜ਼ਾ, 1 ਸਾਲ ਤੋਂ ਬਾਅਦ 1 ਸਾਲ ਦਾ, 2 ਸਾਲ ਤੋਂ ਬਾਅਦ 2 ਸਾਲ ਦਾ, ਜਾਂ 3 ਸਾਲ ਦਾ। ਵਰਕ ਵੀਜ਼ਾ ਵਿੱਚ ਵੀ ਕੁਛ ਚੇਂਜਿਸ ਆਈ ਹੈ, ਕੁਛ ਬਿਹਤਰ ਹੈ, ਕੁਛ ਨਹੀਂ ਹੈ, ਉਹ ਵੀ ਆਪਾਂ ਡਿਸਕਸ ਕਰਾਂਗੇ ਇਸ ਕਾਲ ਤੋਂ ਬਾਅਦ। ਯੂਨੋ, ਸੋ ਸਟੇ ਟਿਊਨ, ਜੇ ਨਹੀਂ ਸਾਡਾ ਸ਼ੋਅ ਦੇਖ ਰਹੇ ਤਾਂ ਇਮੀਡੀਏਟਲੀ ਦੂਰਦਰਸ਼ਨ ਪੰਜਾਬੀ ਔਨ ਕਰ ਲਓ, ਆਪਣੇ ਫਰੈਂਡਸ ਨੂੰ ਦੱਸ ਦਿਓ। ਅਗਲੇ 4-5 ਮਿੰਟਸ ਵਿੱਚ ਆਪਾਂ ਕੁਛ ਇੰਪੋਰਟੈਂਟ ਅਨਾਊਂਸਮੈਂਟਸ ਕਰਨ ਜਾ ਰਹੇ ਹਾਂ GIC ਦੇ ਰਿਲੇਟਡ, ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਿਲੇਟਡ। ਸੋ ਸਟੇ ਟਿਊਨਡ, ਐਂਡ ਤੁਸੀਂ ਇਹ ਇਨਫੋਰਮੇਸ਼ਨ ਜਾਣ ਕੇ ਕੈਨੇਡਾ ਜਾਣ ਦੇ ਸੁਪਨੇ ਬਾਰੇ ਆਪਣਾ ਪੂਰਾ ਕਰ ਸਕਦੇ ਹੋ, ਪੱਕਾ ਕਰ ਸਕਦੇ ਹੋ। ਸੋ ਯੂ ਨੋ, ਹੁਣ ਜਿੱਥੇ ਤੱਕ ਤੁਹਾਡਾ ਸਵਾਲ ਹੈ, ਮਾਈ ਸੁਜੈਸ਼ਨ ਇਜ਼, ਕਿਉਂਕਿ SDS ਵਿੱਚ ਇੱਕ ਬੜੀ ਵੱਡੀ ਚੀਜ਼ ਹੈਗੀ ਹੈ ਕਿ ਅਗਰ SDS ਵਿੱਚ ਵੀਜ਼ਾ ਰਿਫਿਊਜ਼ ਹੋ ਜਾਵੇ, ਮੁੜ ਕੇ SDS ਵਿੱਚ ਤੁਸੀਂ ਆਪਣੀ ਕੇਸ ਅਪਲਾਈ ਕਰ ਸਕਦੇ ਹੋ, ਮੁੜ ਕੇ SDS ਵਿੱਚ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ
अनलाइक प्रीवियसली जिथे एक बार वीजा रिफ्यूज एस डी ए अपना एस पी पी च हो गया मुड़ के जनरल च ही लगेगा, एस डी एस में अगर ता वीजा रिफ्यूज भी हो गया मुड़ के एस डी एस में लग सकता है। सो माई सुजैशन इज कि तुसी सरकारी कॉलेज या यूनिवर्सिटी में अपलाई कर दौ, क्योंकि जो क्यूबैक रिफ्यूज़ हो चुका है तो बैटर है कि सरकारी कॉलेज में अपलाई कर देना चाहिए। 2 साल का डिप्लोमा एडवांस डिप्लोमा या बैचलर्स डिग्री में अपलाई कर दो, मैनू नहीं लगता कि तुम्हारा वीज़ा यू नो इस बार रिफ्यूज़ होएगा। तुम पिरामिड ई सर्विसिज के किसी भी ऑफिस जो कि जलंधर लुधियाना मोगा बठिंडा चंडीगढ़ पटियाला पठानकोट नवी दिल्ली में है उत्थे अपलाई करके अपना कैनेडा जाने का सुपना अपना पूरा कर सकते हो, तुहाडा वीजा लग सकता है। जी आई सी नोट भी यू नो तुहानू केप नोट्स भी मंगवाने की लोड़ नहीं है, सिर्फ एक दो इंपोर्टेंट चेंजेस करनिया पैनगियां उहदे नाल तुसी डेफिनेटली वीजा हासिल कर सकते हो। नहीं तो बड़े यू नो साडे नियर फ्यूचर में कुछ सैमीनार्स भी करवाए जा रहे हैं, 19 तरीक नू सैमीनार 17 तरीक नू माफ़ी चाहता करवाया सैमीनार करवाया जा रहा है जलंधर विच, जिदे विच यूनिवर्सिटी ऑफ फ्रेजर वैली एबर्टसफोर्ड दी यूनिवर्सिटी है सरकारी यूनिवर्सिटी है, जिस तो बाद चो पोस्ट ग्रेजुएट वर्क वीज़ा भी मिलता है। यू नो यूनिवर्सिटी ऑफ फ्रेजर वैली दे रिप्रजेंटेटिव कैनेडा तो चल के स्पैशली तुहाडे लई आ रहे हैं, यू नो सपटेंबर और जनवरी 2020 दे दाखलियां दी जानकारी देन, मौके ते दाखले दा नतीजा देन। सो 17 मार्च नू यह सैमीनार करवाया जा रहा है जलंधर दे विच पिरामिड ई सर्विसिज दे ऑफिस विच, 19 मार्च नू सैमीनार करवाया जा रहा है लुधियाने दे विच पिरामिड ई सर्विसिज दे दफ्तर दे विच, 20 मार्च नू सैमीनार करवाया जा रहा है चंडीगढ़ दे विच, 21 मार्च नू सैमीनार कराया जा रहा है नवी दिल्ली विच। डेट्स एक बार फिर नोट डाउन कर लो, यूनिवर्सिटी ऑफ फ्रेजर वैली एस डी एस दे अधीन है, सरकारी होन करके वर्क वीज़ा भी मिल रहा है, डिप्लोमे विच भी दाखला दे रही है, नॉन मेडिकल दे रिलेटेड सी आई एस है, कमर्स दे रिलेटेड आर्ट्स दे रिलेटेड बैचलर्स इन जनरल बिजनेस है डिप्लोमा इन बिजनेस है, इस तो अलावा काफ़ी होर प्रोग्राम्स की वड्डी वाइड रेंज है जिदे विच बच्चा अपलाई करके यू नो एक सरकारी यूनिवर्सिटी विच घट खर्चे विच अपने पढ़न का सुपना पूरा कर सकता है। डेट्स एक बार फिर डाउन दुबारा तो नोट डाउन कर लो, 17 तरीक नू सैमीनार करवाया जा रहा है जलंधर दे विच, 19 तरीक नू सैमीनार करवाया जा रहा है लुधियाने दे विच, 20 तरीक नू सैमीनार करवाया जा रहा है चंडीगढ़ दे विच, 21 तरीक नू सैमीनार करवाया जा रहा है नवी दिल्ली दे विच। सो तुसी इस सैमीनार का हिस्सा बन सकते हो, नहीं तो 12वीं क्लास पास बच्चों लई आपां सैमीनार शुरू कर रहे हैं 29 मार्च तो, उदों तक पेपर भी मुक जाएंगे। सो 29 जलंधर 30 मोगा 31 लुधियाना 1 चंडीगढ़ 2 पटियाला 4 बठिंडा 5 पठानकोट और 10 तरीक नू दिल्ली। ऐप सैमीनार खासकर 12वीं पास बच्चों लिए करवाए जा रहे हैं जिन्हों के पेपर मुकनगे, उन्होंने सलाह चाहिए है दाखला चाहिए है आइलट्स बारे सलाह चाहिए है। सो कैनेडा सिक्ख्या मेले में तुहाडे सारयां नू खुला सद्दा है, तुसीं आओ इहदा भाग बनो और कैनेडा जाते अपने जिन्हें भी क्वेश्चन और क्वेरीज है उन्होंने पूरा करके उत्थे जाने अपना सपना पूरा। 9563 9563 नंबर से कॉल कर सकते फिलहाल जा चाहते हैं, बेसा बहुत बहुत शुक्रिया, धन्यवाद जी।